पंजाब वालों जड़े तूफान चढ़ते ने फिर बन्ना दे लाया रुकते नहीं, बन्ना दे लाया रुकते नहीं। मोदी साहब ये भगत सिंह दे वारसां दे सिर ने, बघेल सिंह दे वारसां दे सिर ने। जख्मी जरूर हो जावणगे पर कदे झुकदे नहीं। बीबी बत्ती नवा शहर देख लो, मैं तुहाडा अपना परिवारक मैंबर दिनेश सूरी। तुसीं शेयर तो अंदाजा ला लैंदे हो वीडियो किस बाबत होण वाली है। भगत सिंह दे वारसां दी गल कीती, पर उस तो पहले एक चीज़ कहनी चाहुंदा। इत्थों ही स्मार्ट सुपर स्टोर तो मैं एक मुहावरा बोलिया सी कि छड़ियां दे वेड़े कदी पक्के नहीं हुंदे, पर पंजाबियां ने मन बना लिया है कि जे मोदी ने काले कानून वापस नहीं लैने तो दिल्ली नूं दूजा पंजाब बना देना। पर भगत सिंह दे वारसां दी गल कर तो सानूं बड़ा माण है। असीं भी जब दिल्ली सीगे जां पिछे जे गल्लां भी आ रही सी कि दुआबा हले पूरा खड़ा नहीं होया हो रहा, पर अज लंगड़ोए और भाण मजारे तो साढ़े वीर जिहड़े दिल्ली वल नूं कूच करनगे। मैं एक एक करके सारे नाल गलबात करावांगा, इहनां दा जज्बे तुहानूं सुणावांगा कि इहनां दे मन विच पीड़ की है और की सुनेहा लै के चले ने। भाई जी बहुत निघा स्वागत, अपना नाम दस दो। भाई मेरा नाम गुरविंदर सिंह, पिंड मेरा भाण मजारा आ। साढ़े बजुर्ग पहला दिल्ली नू गए हुए सी ते उन्होंने हफ्ता ला के वापस आ चुके ने, ते फिर असी मन बनाया कि साढ़े बजुर्गों के नाल नाल नौजवानों भी जाना जरूरी है, जेड़ा मोदी का हंकार तोड़िया जा सके, जेड़ा मोदी अपने कानून वापस लैण ले नहीं मनता, तो साढ़े नौजवान पीढ़ी एक तो एक बद चढ़ के दिल्ली नू कूच कर रहे आ। साढ़े जवान जिहड़े सी बहुत दिनों तो कह रहे सी ट्राली लैके चलदे आ, ट्राली लैके चलदे, पर थोड़ा कणक दा काम रहिंदा करके पहले तुहाडे बजुर्ग उत्थे सी तां वी नहीं, ते मुड़ के हुण साढ़े बंदे सारे तैयार वा ते दिल्ली नू कूच करन दी तैयारी च वा जी। अच्छा उत्थे कितना कितना डर दा माहौल भी बनाया जा रहा, कोई जिहड़े पिट्ठू ने उहनां दे जां जिहड़े एजेंसियां दे बंदे ने कि जुझारूपुणा रखो शायद कुछ घटना ना वापर जावे, पर उत्थों जिहड़ा स्टेज तो बार बार कहा जा रहा कि सानूं डरन दी कोई लोड़ नहीं, ਆਪਾਂ ਬਿਲਕੁਲ ਵੀ ਘਾਬਰਨਾ ਨਹੀਂ ਹੈ, ਲੇਕਿਨ ਤੁਹਾਡੇ ਮਨ 'ਚ ਕੀ ਹੈ? ਨਹੀਂ ਡਰਨ ਦੀ ਤਾਂ ਕੀ ਲੋੜ ਆ, ਆਪਣੇ ਹੱਕਾਂ ਲਈ ਹਰੇਕ ਨੂੰ ਬੰਦੇ ਨੂੰ ਆਪਣਾ ਹੱਕ ਮੰਗਣ ਦਾ ਅਧਿਕਾਰ ਵਾ, ਵੀ ਜੇ ਅਸੀਂ ਆਪਣੇ ਹੱਕ ਲਈ ਨਾ ਲੜੇ ਤਾਂ ਫਿਰ ਸਾਡਾ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ ਆ। ਇੱਥੇ ਰਾਤਾਂ ਸੌ ਕੇ ਵੀ ਅਸੀਂ ਤਾਂ ਉਹ ਬੰਦੇ ਹਾਂ ਜਿਹੜੇ ਪਾਣੀ ਦੀਆਂ ਬਾਰੀਆਂ ਰਾਤ ਨੂੰ 12-12 ਵਜੇ ਵੀ ਸਿਆਲਾਂ ਦੇ ਦਿਨਾਂ ਵਿੱਚ ਜਾ ਕੇ ਕੱਟਦੇ ਹਾਂ। ਇਹ ਮੋਦੀ ਨੂੰ ਭੁਲੇਖਾ ਪੈ ਗਿਆ ਵੀ ਠੰਡ ਦੇ ਦਿਨ ਵਾ ਇੱਥੇ ਇਕੱਠ ਘੱਟ ਜਾਣਾ, ਇਕੱਠ ਘਟਣਾ ਨਹੀਂ ਇਕੱਠ ਦਿਨੋ ਦਿਨ ਵਧੂਗਾ। ਇਹ ਮੋਦੀ ਆਪਣੇ ਜਿਹੜੇ ਸੋਚ ਕੇ ਬੈਠਾ ਇਹਦਾ ਸਾਰਾ ਜੋ ਸੁਪਨਾ ਇਹਦਾ ਚਕਨਾ ਚੂਰ ਕਰਾਂਗੇ। ਵਿੱਚੇ ਅਡਾਨੀ ਅਤੇ ਅਬਾਨੀ ਨੂੰ ਦੱਸਦੇ ਹਾਂ ਕਿ ਪੰਜਾਬ ਵੱਲ ਮੂੰਹ ਨਾ ਕਰੇ, ਇੱਥੇ ਤਾਂ ਵੱਟ ਦੇ ਪਿੱਛੇ ਭਾਈ ਭਾਈ ਨੂੰ ਮਾਰ ਦਿੰਦਾ ਆ, ਇਹ ਤਾਂ ਸਾਡੇ ਖੇਤ ਖੋਣ ਨੂੰ ਫਿਰਦਾ ਆ, ਬੜੇ ਬੜੇ ਮਨਾਉਣ ਲੱਗਾ ਆ, ਪਰ ਸਾਨੂੰ ਜਿਹੜੇ ਸਾਡੇ ਹੈਗੇ ਆ ਪੁਰਖਿਆਂ ਨੇ ਦਿੱਤੇ ਸਾਨੂੰ ਉਹ ਬਹੁਤ ਆ, ਸਾਨੂੰ ਉਹਦੇ ਵਿੱਚ ਸੰਤੁਸ਼ਟੀ ਆ। ਸਾਡੇ 2 ਕਿੱਲੇ 4 ਕਿੱਲੇ ਜਿੰਨੇ ਵੀ ਹੈਗੇ ਆ ਅਸੀਂ ਆਪਣੀ ਉਹਨਾਂ ਦੇ ਬਾਹੀ ਕਰਦੇ ਹਾਂ, ਰਜਮੀ ਰੋਟੀ ਖਾਂਦੇ ਹਾਂ, ਸਾਨੂੰ ਕੋਈ ਲੋੜ ਨਹੀਂ ਆ ਕਿਸੇ ਦੀ ਵੀ। ਸਾਡਾ ਮੰਡੀਕਰਨ ਜੋ ਹੈ ਜਾਰੀ ਰਹੇ, ਜੋ ਸਰਕਾਰੀ ਖਰੀਦਾਂ ਹੁੰਦੀਆਂ ਸਾਨੂੰ ਸਰਕਾਰੀ ਖਰੀਦਾਂ। ਆਹ ਦੇਖ ਲਓ ਸਾਡੀ ਮੱਕੀ ਦਾ ਕੀ ਹਾਲ ਆ ਅਤੇ ਸਾਡੇ ਗੰਨੇ ਦਾ ਕੀ ਹਾਲ ਆ, ਪਿਛਲੇ ਗੰਨੇ ਦਾ ਪੈਸਾ ਹਜੇ ਤੱਕ ਨਹੀਂ ਆ, ਮਿਲ ਚੱਲ ਪਈ ਆ ਅਤੇ ਪਹਿਲੀ ਪਰਚੀ ਦੇ ਪੈਸੇ ਕੱਟੇ, ਐਂਡ ਦੀਆਂ ਪਰਚੀਆਂ ਦੇ ਪੈਸੇ ਕੱਟੇ, ਹੁਣ ਤੱਕ ਸਾਡਾ ਕੋਈ ਪੈਸਾ ਨਹੀਂ ਪਾਉਂਦਾ। ਅਤੇ ਆਹ ਮੱਕੀ ਸਾਨੂੰ ਕਹਿੰਦੇ ਸੀ ਲਾਰਾ ਲਾਇਆ, ਕਹਿੰਦੇ MSV ਬਣਤੀ 1800, ਅਤੇ ਆਹ ਸਾਡੀ ਮੱਕੀ ਸਿਆਲ ਵਾਲੀ ਵਿਕੀ ਆ 600 ਨੂੰ, ਅਤੇ ਆਹ ਹੁਣ ਵਿਕੀ ਆ ਸਾਡੀ 850 ਨੂੰ। ਇਹ ਕਿਹੜੇ MSV ਦੀ ਗੱਲ ਕਰ ਰਿਹਾ ਆ? MSV ਲਿਖ ਕੇ ਦੇਵੇ, ਇਹ ਮੂੰਹ ਜ਼ਬਾਨੀ ਤਾਂ ਅਸੀਂ ਬਥੇਰੇ ਵਾਅਦੇ ਕਰਦੇ ਹਾਂ 15-15 ਲੱਖ ਆ ਜਾਣਾ, ਫਲਾਨਾ ਆ ਜਾਣਾ, ਕਿਹੜਾ ਸਾਡੇ 15 ਲੱਖ ਦਿੱਤਾ? ਸਾਡੀਆਂ ਬੀਬੀਆਂ ਨੇ ਲੜ ਕੇ ਹੋਰ ਸਮਾਂ 200-200 ਲਾ ਕੇ ਖਾਤੇ ਖਿਲਾ ਲਏ, ਕਹਿੰਦੇ 1500 ਆ ਜਾਣਾ, ਪਰ ਕਿੱਥੋਂ 1500 ਆਉਣਾ ਜੀ? ਸਾਲਾ ਲੋਟੂ ਸਰਕਾਰ ਵਾ, ਇਹਦੇ ਕੋਲ ਕੁਛ ਨਹੀਂ ਹੈਗਾ, ਇਹ ਤੇ ਨਾ ਯਕੀਨ ਕਰੋ। ਗੱਲ ਮੈਨੂੰ ਬੜੀ ਚੰਗੀ ਲੱਗੀ, ਕਹਿੰਦੇ ਕਿ ਆਪਣੇ ਹੱਕ ਮੰਗਣ ਲਈ ਡਰਨ ਦੀ ਕੀ ਲੋੜ ਆ। ਇੱਕ ਗੱਲ ਹੋਰ ਇਹਨਾਂ ਨੇ ਕਹੀ ਆ ਕਿ ਵੱਟ ਪਿੱਛੇ ਭਰਾ ਭਰਾ ਨੂੰ ਮਾਰਨ ਦਾ, ਪਰ ਏਕੇ ਦੀ ਮਿਸਾਲ ਦਿੱਤੀ ਜਾ ਰਹੀ ਆ ਜੀ ਦਿੱਲੀ ਵਿੱਚ, ਜਿਹੜੇ ਬਜ਼ੁਰਗ ਜਿਹੜੇ ਕਦੇ ਬੋਲੇ ਵੀ ਨਹੀਂ ਸੀ ਉਹ ਵੀ ਇੱਕ ਦੂਜੇ ਨੂੰ ਪੁੱਛਦੇ ਕਿ ਮੈਂ ਦਰਸਿਆਂ ਤੇ ਦਵਾਈ ਖਾ ਲਈ ਕਿ ਨਹੀਂ ਖਾ ਲਈ, ਇੱਕ ਦੂਜੇ ਨੂੰ ਪਿਆਰ ਦਿਖਾਦੇ। ਤੁਹਾਡਾ ਆਪਸੀ ਪਿਆਰ ਬਿਲਕੁਲ ਇੱਕ ਮੁੱਠੋ ਜੀ? ਇੱਕ ਮੁੱਠੋ ਜੀ, ਸਾਡਾ ਪਿਆਰ ਕੋਈ ਹੁੱਜੜਬਾਜ਼ੀ ਵਾਲਾ ਸਾਡੇ 'ਚ ਹੈ ਨਹੀਂ ਆ। ਸਾਡੇ ਆਪਣੇ ਬਜ਼ੁਰਗ ਵੀ ਕਹਿ ਰਹੇ ਸੀ ਵੀ ਸਿਆਣਾ ਬੰਦਾ ਤੁਸੀਂ ਨਾ ਰੱਖਿਓ, ਭਾਈ ਅਸੀਂ ਸਿਆਣੇ ਤਾਂ ਖੁਦ ਹਾਂ, ਸਾਨੂੰ ਆਪ ਨੂੰ ਪਤਾ ਲੱਗ ਗਿਆ, ਸਾਡੇ ਫੋਨਾਂ 'ਚ ਨੈੱਟ ਚੱਲਦਾ, ਫੋਨ ਚੱਲਦੇ ਆ, ਸਾਨੂੰ ਸੋਸ਼ਲ ਮੀਡੀਆ ਰਾਹੀਂ ਸਾਰਾ ਕੁਝ ਪਤਾ ਲੱਗੀ ਜਾਂਦਾ ਹੈ ਵੀ ਸਾਡੇ ਖਿਲਾਫ਼ ਕੀ ਆ, ਮਿੰਟ ਮਿੰਟ ਦੀ ਖਬਰ ਆ ਰਹੀ ਆ। ਤੇ ਸਾਡੇ ਹੋਰ ਰਾਜ ਜੇ ਹਰਿਆਣਾ ਸਰਕਾਰ ਨੇ ਕੋਈ ਰੇੜਕਾ ਪਾਉਣ ਦੀ ਕੋਸ਼ਿਸ਼ ਕੀਤੀ ਫਿਰ? ਨਹੀਂ, ਉਹ ਸਾਨੂੰ ਰੋਕੂਗੀ ਤਾਂ ਅਸੀਂ ਪਹਿਲਾਂ ਉਹਨਾਂ ਦਾ ਦੂਜਾ ਕਰਾਂਗੇ, ਪੁੱਛ ਕੇ ਕਰਾਂਗੇ। ਜੇ ਸਾਨੂੰ ਨਾ ਹੋਵੇ, ਸਾਡੇ ਭਰਾ ਉੱਧਰ ਬੈਠੇ ਆ, ਉਹਨਾਂ ਨਾਲ ਕਨੈਕਟ ਕਰਾਵਾਂਗੇ ਉਹਨਾਂ ਦਾ। ਸਾਡੇ ਕੋਲ ਕਿਹੜਾ ਕੋਈ ਹਥਿਆਰ ਲੈ ਕੇ ਤੁਰੇ ਆ, ਜਾਂ ਅਸੀਂ ਕੋਈ ਨਸ਼ਾ ਵੇਚਣ ਚੱਲੇ ਆ? ਪਹਿਲਾਂ ਤਾਂ ਨਸ਼ੇ ਵਾਲਿਆਂ ਨੂੰ ਫੜ ਲਓ, ਇਹ ਸਾਨੂੰ ਕਿਆ ਫੜਨਾ? ਸਾਡੇ ਕੋਲ ਤਾਂ ਕਈਆਂ ਆ, ਅਸੀਂ ਕਈਆਂ ਹੀ ਰੱਖ ਲੈਂਦੇ ਟਰਾਲੀ 'ਚ, ਫਿਰ ਜਿਹੜਾ ਆਜੂਗਾ ਤਾਂ ਦੇਖੇ ਜਾਓ, ਨੱਕਾ ਤਾਂ ਵੱਢ ਦਈਆਂ 12 ਵਜੇ ਉਹਨਾਂ ਦਾ ਵੀ ਫਿਰ ਲਾਹ ਦਿਆਂਗੇ। ਮਰਿਓ ਤਾਂ ਹੈਗੇ ਆ, ਗਾਲ 'ਚ ਰੱਸਾ ਤਾਂ ਹੈ ਆ, ਫਿਰ ਵੀ ਮਰਨਾ ਹੀ ਆ, ਇਹਨਾਂ ਕੌਮ ਦੇ ਲੇਖੇ ਲਾ ਕੇ ਮਰ ਜਾਂਗੇ ਜਿਹੜਾ ਨੌ ਵੀ ਰਹੂਗਾ।
अच्छा मैंने एक बार सारे वीर इंट्रोड्यूस करा दो क्योंकि अपने तुम्हें पता कि नवा शहर सारा साढ़े नाल जुड़िया हुआ मैं चाहना जेडे जेडे वीर योगदान पाण चले आ सारा मैं एक नाम जरूर साझा करो वीर जी की नाम है थोड़ा मेरा नाम हरदीप सिंह है पिंड लंगड़ूआ जी लंगड़ा कुछ कहना भी चाहते हो नहीं बाबा चलो तुहाडा नाम की है जी परमिंदर सिंह पिंड लंगड़ूआ जी मैं एक बार वीर जी का जरूर दसना चाहना कि वीर जी का बहुत वड्डा योगदान है सेहत प्रति अगर परमात्मा वालों कोई किल्लत रह गई लेकिन वीर जी का दिल जिहड़ा आ उह बिल्कुल पंजाब दे नाल है बहुत शुक्रिया वीर जी माण है थोड़े ते थोड़ा नाम की है जी वाहेगुरु जी का खालसा वाहेगुरु जी की फतेह मेरा नाम गुरप्रीत सिंह है जी पिंड भान मजारा शहीद भगत सिंह नगर हाँ चले हैं भीरे दिल्ली के झांजर पान चले अज हाँ बहुत बहुत धन्यवाद शुक्रिया जी थोड़ा नाम की है जी गुरविंदर सिंह जी कि पिंड हो तुम चाक हाजी की फिर की स्नेहा लैके की चले उत्थे नाल ही है जी योगदान है पूरा जी भाई थोड़ा नाम की है जसवंत सिंह जी जी पिंड भान मजारा जी ठीक है जी हाँ जी मनदीप सिंह जी पिंड भान मजारा अही चले हैं जी दिल्ली नू अपने सारे साथियों के नाल एक एक प्रति प्यार एकजुट हो के साडे हाजी पंचक तो ने अपने लंगड़ोए तो कुछ भरा ने कुछ साडे पिंड ने कुछ बिच होर भी ने जो बखा पिंडा तो ने बद तो बद है पर असी उन्ना ही रखे भी फिलहाल साढ़े को एक ट्रैली है भी जिन्हें असी सौखे रहेंगे कोई गल नहीं आप मगर होर ट्रैली का इंतजाम करा उस हिसाब आप जा रहे हैं बंदे बहुत काले से अपने नौजवान भी सानू लैके चलो सानू लैके चलो पर असी अपने प्यार सारे पूरा जोश आ सारे फ्री हो गए साढ़े पहला बुजुर्ग गए थे कम्मा चे कणक बिजी से कोई मटर च बिजी से पहला हम काम मुक गया सा सारा हूँ फ्री हाँ जिदा जिदा अपन सारे बंद दस आप हफ्ता हफ्ता दस दिन जो भी आप टाइम स्पेंड करेंगे असं आ जाएंगे तुम आ जाओ तो हूँ तो सारे हौले हौले जाएंगे सरकार चलाई रखना चैन चलाई रखनी हाँ जी हाँ जी मेरा नाम जी हरप्रीत सिंह जी अच्छा तो सारे जो सारे ने कई ने नांतियाँ सोने के पाइया कई ने दंद सोने के बनाए का की चक्कर आदा ना हम जी शौक जी लवा लिया चलो दंद भी सोने दे दिल भी सोने दे बलजीत सिंह जी पिंड भान मजारा हाँ जी ये हम दिल्ली जा रहे हैं जी हाँ जी पूरा जोश है जी चलो बाई जी एक बार सानू पिछला माहौल भी दिखा दो ट्राली ची केड़ा केड़ा समान है मैं एक बार वीर जी थोड़े तो ही माफी चाहना मैं जरूर चाहना बाई जी आप पिछे चलीए इन्हों रूबरू जरूर करना चाहना मैं थोड़े तो माफी मांगता व्यक्तिगत तौर पर तुहाडा जज्बा कईआं दे जिहड़े शरीर जिहड़े मन ना मार के बैठे नूं हलूणा देगा क्योंकि वीर जी उहनां थोड़ी लत्त दी प्रॉब्लम लेकिन जज्बे नूं सलाम है वीर जी इस गल नूं माइंड ना करियो मैं चाहुंदा कि पता लगना चाहीदा कि किहो किहो जिहे जज्बे लैके साडे जिहड़े पंजाबी वीर दिल्ली वल नूं कूच कर रहे आ जी आओ मैं इह गल कर रिहा सी कि इह जज्बे नूं सलाम है जी इह हर बंदा कोई ना कोई बहाना ला दिंदा मैं जा नहीं सकदा आह मजबूरी आ पर इस जज्बे नूं सलाम मैं तां वीर जी नूं इंट्रोड्यूस कर रिहा सी तुसीं इधर ही पढ़ो जदों जंग लगी सरदार हो गए जदों हक मंगे गद्दार हो गए वाह जी वाह बहुत चंगी गल ओही बोले सोनियार वाली गल है और इत्थे राशन खुला पिया भाजी खाण दा बोरा सुक्का दुध पानी रखिया कि कोई सवेर नूं बुरश खांदी सानूं कोई प्रॉब्लम ना आवे पानी दी पेटियां पईआं ट्राली च सारा ए टू जेड चगला बेड़ना गया तवा तक रोटियां भी पकाण लई रख चुके आ रोटियां कोल लाउंदा कोई नहीं भाजी सिख लांगे तां क्या बहाने नाल किसे काम मुद्ध ही आ जाऊगा फिर रोटियां बनाउण दा लग गए आ किते काम आ जाऊगा आहो ਅਜੇ ਕਿੱਦਾਂ ਨਹੀਂ ਕਰਦੀਆਂ ਕਿ ਰੋਟੀਆਂ ਵਧੀਆ ਬਣਾਵਾਂਗੇ ਸੁੱਖ ਨਾਲ ਆਪਾਂ ਪਹਿਲਾਂ ਬਾਹਰ ਵੀ ਤਿੰਨ ਚਾਰ ਬੰਦੇ ਕੰਟਰੀਆਂ ਘੁੰਮ ਕੇ ਆਏ ਹਾਂ ਆਹ ਮੁੰਡਾ ਮੇਰੇ ਨਾਲ ਦਾ ਹੈ ਮੇਰੇ ਪਿੰਡ ਦਾ ਦੁਬਈ ਜਾ ਕੇ ਆਇਆ ਵਾ ਇਹ ਵੀ 4-5 ਸਾਲ ਆ ਗਿਆ ਮੈਂ ਯੂਰਪ ਲਾ ਕੇ ਆਇਆ ਰੋਟੀਆਂ ਦੀ ਗੱਲ ਛੱਡੋ ਰੋਟੀਆਂ ਤਾਂ ਵਾਧੂ ਖਿਲਾ ਦੇਵਾਂਗੇ ਇੱਦਾਂ ਨਹੀਂ ਕਰਦੀਆਂ ਮੋਦੀ ਦੇ ਮਨ ਦਾ ਵਹਿਮ ਚੱਜ ਨਾਲ ਕੱਢ ਦਾਂਗੇ ਰੋਟੀਆਂ ਛੱਡ ਦੂ ਖੰਡਵਾ ਜੀ 40 ਕਿਲੋ ਦਾਲ ਵਾ ਦੋ ਦਾਲਾਂ ਵਾ ਜੀ ਘੇ ਦਾ ਟੀਨ ਵਾ ਆਟਾ ਵਾ 50 ਕਿਲੋ ਜੀ ਉੱਥੇ ਬਦਾਮਾਂ ਦਾ ਲੰਗਰ ਵੀ ਲੱਗਿਆ ਪਿੰਨੀਆਂ ਦਾ ਲੰਗਰ ਵੀ ਲੱਗਿਆ ਉਹਨੂੰ ਕਿੱਦਾਂ ਦੇਖਦੇ ਆ ਉਹ ਵੀ ਛਕਾਂਗੇ ਜੀ ਜੋ ਚਲੋ ਇਹ ਮਨ ਦੇ ਭਾਵ ਨੇ ਕਿ ਉੱਥੇ ਸੇਵਾ ਵੀ ਕਰਾਂਗੇ ਛਕਾਂਗੇ ਵੀ ਵਰਤਾਵਾਂਗੇ ਵੀ ਇੱਧਰ ਕੈਮਰਾਮੈਨ ਜੀ ਕਹਿੰਦੇ ਨੇ ਇੱਧਰ ਇੱਕ ਤੁਹਾਨੂੰ ਪੋਸਟਰ ਦਿਖਾਉਣਾ ਹੈ ਜੀ ਕਿਸੇ ਭਰਮ 'ਚ ਨਾ ਰਹੀ ਦਿੱਲੀਏ ਪੰਜਾਬ ਦੇ ਵਾਰਿਸ ਹਜੇ ਜਿਉਂਦੇ ਨੇ PB32 ਵਾਲੇ ਤਾਂ ਤੁਸੀਂ ਯਾਦ ਰੱਖਣਾ ਜੀ PB32 ਵਾਲੇ ਆਪਣੇ ਚੈਨਲ ਦਾ ਨਾਮ ਵੀ PB32 ਨਵਾਂ ਸ਼ਹਿਰ ਹੈ ਔਰ ਇਹ ਵੀ ਸਾਰੇ PB32 ਨਵਾਂ ਸ਼ਹਿਰ ਦੇ ਆ ਜੀ ਜੀ ਅੱਗੇ ਆਪਾਂ ਹੋਰ ਵੀ ਗੱਲਾਂ ਕਰਦੇ ਆ ਨਾਰੇ ਵੀ ਲਾਉਣਾ ਚਾਹੁੰਦੇ ਨੇ ਹੱਕ ਸੱਚ ਦੇ ਨਾਰੇ ਲਾਉਣਾ ਚਾਹੁੰਦੇ ਨੇ ਇਹ ਔਰ ਬਾਈ ਜੀ ਜਿਵੇਂ ਹਾਲੇ ਸਾਡੇ ਕਿਸਾਨ ਆਗੂਆਂ 'ਤੇ ਵੀ ਜਾਣ ਬੁੱਝ ਕੇ ਕਈ ਜਿਹੜੀਆਂ ਏਜੰਸੀਆਂ ਆ ਉਹਨਾਂ 'ਤੇ ਵੀ ਜਿੱਦਾਂ ਅੰਦੋਲਨ ਦੀ ਤਾਰ ਪੀਟੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਪਾਂ ਸਾਰੇ ਅੱਗੇ ਆ ਜਾਂਦੇ ਹਾਂ ਜਿਵੇਂ ਸਟੇਜ ਤੋਂ ਰਾਤੀ ਲੱਖਾ ਸਿਧਾਣਾ ਨੇ ਵੀ ਬੋਲਿਆ ਸੀਗਾ ਕਿ ਸਾਨੂੰ
डरन की लड़ नहीं है, जज्बा कायम रखने की लड़ है। और कई बार दिल्ली तो भी कॉमेंट आते हैं कि सानू माण है पिछले साढ़े भरा डटे हुए स्मार्ट सुपर स्टोर से भी धरना लगे आ लंगड़ोए भी लगे आ जो दिल्ली बैठे तो बड़ा माण करते हैं कि साढ़े भरा डटे हुए हैं। हुण तुसीं चले हो हुण जाके उन्होंने जब मिलोंगे तो की कहोगे भाई डरन वाला तो कोई गल नहीं आ जो मच्छी ना पानी बिना थोड़ा तड़फती होंगी आ हूँ मोदी वो पानी बिना तड़फदा आनू डर पै गया वा किसानों का एका देख के किसान की आ मजदूर जो भी वर्ग सगा मुस्लिम भाईचारा सिख भाईचारा सारे एक झंडे के थले आ चुके ने किसान एन मजदूरों का साथ पूरा आ मजदूरों भी पता आ जोड़ा अज 2 रुपए किलो आटा उन्होंने मिल रहा दाने मिल रहे हैं जे अडवानी अडानी आ गया 199 रुपए उन्हें देने मुड़ के सारे जाने ना एका करके मैं तो यह कहना हाथ जोड़ के बेनती है भी जेड़े रह गए पिंडा विच अजे भी सुते पए आ उन्हां नूं सुनेहा आ मेरा भी उठो वीरो मुड़ के कुछ नहीं बनना मुड़ के तुसी कहना भी आ की हो गया फिर बेला पछताण दा नहीं होना फिर तो बस उन्हां दे से वो अपने डब्बियां च पा के ना टीबना च रोटियां लै जाया करो खेतों नूं वो जड़ियां ठंडियां दोगे तो दिहाड़ी थोड़े को 14 घंटे लवा के देनी आ पता नहीं देनी आ शाम पता नहीं क्यों कहना आ भाई साड़ी दा मंदा चल रहा साडे को नहीं पैसा इस करके मैं सुनेहा देना चाहना है नवा शहर वासियों भी सारियां भी जो वर्ग हैगा शहरी वर्ग भी आ सानू आ मॉल के मोहरे बहुत टाइम हो गया धरने लाउंदियां नूं शहरी वर्ग नूं भी शायद ये भुलेखा आ भी कोई नहीं है जमीना जट्टां दीआं जाणियां ये भुलेखा तुहाडा ही आ ये जट मरदा मरदा 5-4 साल कट जूगा जेडे दिहाड़ी वाले बंदे आ उन्हें ਜਦੋਂ ਬਿੱਲ ਲਾਗੂ ਹੋ ਗਿਆ ਨਾਲੇ ਹੀ ਬਸ ਜਾਂਦਾ ਲੱਗਣਾ ਕੰਮ। ਕੱਲ ਵੀ ਇੱਕ ਕਿਸੇ ਵੀਰ ਨੇ ਬਹੁਤ ਅੱਛੀ ਗੱਲ ਕਹੀ ਸੀ ਕਹਿੰਦੇ ਖੇਤਾਂ 'ਚ ਜੇ ਕਿਸੇ ਨੇ ਸਾਗ ਵੀ ਪੁੱਟਣਾ ਹੋਵੇ ਜੱਟ ਕਦੀ ਕਿਸੇ ਗਰੀਬ ਨੂੰ ਨਹੀਂ ਰੋਕਦਾ ਪਰ ਜੇ ਕੰਧਾਂ ਹੋ ਗਈਆਂ ਫਿਰ ਉਹਨਾਂ ਨੇ ਜਿਹੜਾ ਪਰਿੰਦਾ ਵੀ ਉਹਨੂੰ ਪਰ ਨਹੀਂ ਮਾਰਨ ਦੇਣੇ। ਭਾਜੀ ਉਹ ਤਾਂ ਤੁਹਾਡੇ ਸਾਹਮਣੇ ਆ ਗੰਨਾ ਆ ਗੰਨਾ ਇੱਥੇ ਆਪਾਂ ਨਵਾਂ ਸ਼ਹਿਰ ਮਿਲ ਨੂੰ ਵੀ ਲੈ ਕੇ ਜਾਈਦਾ ਬਾਈ ਵੇਲੇ ਗੰਨਾ ਟਰਾਲੀਆਂ ਧੂੰਦੇ ਆ ਅਸੀਂ ਤਾਂ ਇਹ ਕਹਿੰਦੇ ਆ ਰੋਕ ਕੇ ਲੈ ਲਓ ਤਾਂ ਕੀ ਆ ਜਿਹੜਾ ਜਦੋਂ ਹੈ ਹੀ ਆਪਾਂ ਕੋਲ ਕੰਪਲੀਟ ਕਰਾਣੇ ਤਾਂ ਉਂਗਲ ਵੀ ਨਹੀਂ ਲਾਉਣ ਦੇਣੀ ਉਹ ਤਾਂ ਉਂਗਲ ਵੀ ਨਹੀਂ ਲਾਣ ਦੇਣੀ ਇਹੋ ਸੁਨੇਹਾ ਦਿੰਨੇ ਆ ਸ਼ਹਿਰ ਵਾਸੀਆਂ ਨੂੰ ਵੀ ਜਾਗੋ ਹਜੇ ਵੀ ਲੋਕੋ ਜਾਗ ਜਾਓ ਨਹੀਂ ਤਾਂ ਮੁੜ ਕੇ ਆਉਣ ਵਾਲਾ ਬੇਲਾ ਤੁਹਾਡੇ ਹੱਕ 'ਚ ਨਹੀਂ ਰਹਿਣਾ ਇਹ ਉਹਨਾਂ ਦੇ ਆ ਉਹਨਾਂ ਦੀ ਸੋਚ ਨਾਲ ਤੁਹਾਨੂੰ ਚੱਲਣਾ ਪੈਣਾ ਜਾਗੋ ਮੋਦੀ ਤਿਆਗੋ ਹਾਂਜੀ ਜਾਗੋ ਮੋਦੀ ਤਿਆਗੋ ਜੀ ਅੱਛਾ ਸਿਰਫ ਉਹੀ ਸਵਾਲ ਜਿਹੜਾ ਮੈਂ ਪੁੱਛਿਆ ਸੀ ਉਹਦਾ ਜਵਾਬ ਦੇ ਦਿਓ ਜਿਹੜੇ ਉੱਥੇ ਵੀਰ ਦਿੱਲੀ ਬੈਠੇ ਨੇ 26 ਤਰੀਕ ਤੋਂ ਡਟੇ ਨੇ ਉਹਨਾਂ ਨੂੰ ਜਾ ਕੇ ਕੀ ਸੁਨੇਹਾ ਦੋਗੇ ਤੇ ਕਿੱਦਾਂ ਮਿਲੋਗੇ ਉਹਨਾਂ ਨੂੰ ਸੁਨੇਹਾ ਦੇਵਾਂਗੇ ਵੀ ਅਸੀਂ ਪਿੱਛੇ ਵੀ ਕੰਮ ਸਾਂਭਿਆ ਵਾ ਪਰ ਅਸੀਂ ਤੁਹਾਡਾ ਜਜ਼ਬਾ ਦੇਖ ਕੇ ਸਾਡਾ ਵੀ ਦਿਲ ਕੀ ਖੂਨ ਖੋਲਿਆ ਵੀ ਅਸੀਂ ਵੀ ਉੱਥੇ ਜਾ ਕੇ ਤੁਹਾਨੂੰ ਮਿਲੀਏ ਤੁਹਾਡੇ ਨਾਲ ਹੈਲਪ ਕਰਾਈਏ ਤੁਹਾਡਾ ਸਾਥ ਦਈਏ ਜੋ ਲੰਗਰ ਪ੍ਰਸ਼ਾਦੇ ਚੱਲ ਰਹੇ ਆ ਬਹੁਤ ਉਹਦਾ ਦੱਸਦੇ ਆ ਰਾਸ਼ਨ ਨਾਲ ਲੈ ਕੇ ਨਾ ਆਇਓ ਪਰ ਅਸੀਂ ਰਾਸ਼ਨ ਨਾਲ ਤਾਂ ਲੈ ਕੇ ਤੁਰੇ ਆ ਕੀ ਪਤਾ ਹੁੰਦਾ ਆ ਵਿਚਾਲੇ ਮਾੜੀ ਨੀਤੀ ਵਾਲੀ ਗੌਰਮੈਂਟ ਵਾ ਕੀ ਪਤਾ ਸਾਨੂੰ ਕਿਤੇ ਬਾਰਡਰ ਤੇ ਕਹਿ ਦੇਣਾ ਇੱਥੇ ਲਾ ਲਓ ਜੇ ਸਾਡੇ ਕੋਲ ਰਾਸ਼ਨ ਹੋਵੇ ਰਹਿ ਮੁਕੀ ਨੂੰ ਢਿੱਡ ਤਾਂ ਭਰਾਂਗੇ ਨਾ ਬੈਠ ਕੇ ਇਹ ਉਹਨਾਂ ਨਾਲ ਸੰਘਰਸ਼ ਵੀ ਕਰਾਂਗੇ ਪਰ ਮਾੜੀਆਂ ਨੀਤਾਂ ਵਾਲੀ ਗੌਰਮੈਂਟ ਦੇ ਅਸੀਂ ਕੋਈ ਆਸ ਨਹੀਂ ਰੱਖ ਸਕਦੇ ਇੰਨੀ ਨਕੰਮੀ ਸਰਕਾਰ ਜਿਹਨੇ ਕਿਸਾਨ ਨੂੰ ਸੜਕਾਂ ਦੇ ਰੋਲ ਮੋਦੀ ਸਾਹਿਬ ਕਹਿੰਦੇ ਮੇਰੇ ਫਾਲੋਅਰ ਵੀ ਬਹੁਤ ਜ਼ਿਆਦਾ ਇਹ ਨਹੀਂ ਦੇਖਦੇ ਕਿ ਡਿਸਲਾਈਕ ਕਿੰਨੇ ਨੇ ਉਹ ਕਹਿੰਦੇ ਪੂਰੀ ਦੁਨੀਆ ਸਭ ਤੋਂ ਜ਼ਿਆਦਾ ਫਾਲੋਅਰ ਮੇਰੇ ਆ ਭਾਜੀ ਉਹ ਤੁਹਾਨੂੰ ਭੁਲੇਖਾ ਉਹਨਾਂ ਦਾ ਕੱਢ ਦੇਵਾਂਗੇ ਆ ਵੋਟਾਂ ਸਾਡੀਆਂ ਪੇਪਰ ਵੇਟ ਨਾਲ ਕਰਾ ਲੈਣਾ ਇਹ ਭੁਲੇਖਾ ਉਹਦਾ ਉਦੇ ਨਿਕਲ ਜਾਣਾ ਜਿੰਨਾ ਚਿਰ ਮਸ਼ੀਨਾਂ ਹੈ ਉਨਾ ਚਿਰ ਮੋਦੀ ਆ ਇਹ ਇੱਕ ਨਾਲ ਹੋਰ ਸਾਨੂੰ ਇਹਨਾਂ ਅੰਦੋਲਨ ਕਰਨਾ ਪੈਣਾ ਡਰ ਲਓ ਆ ਕਿਸਾਨਾਂ ਦਾ ਖਤਮ ਹੋਣ ਦਿਓ ਅਤੇ ਮਗਰ EVM ਮਸ਼ੀਨਾਂ ਜਿਹੜੀਆਂ ਆ ਉਹ ਬਟਨ ਕਿਸੇ ਦਾ ਦੱਬੋ ਵੋਟ ਕਿਸੇ ਨੂੰ ਪੈਂਦੀ ਆ ਲੋਕੀ ਜਾਗਰੂਕ ਇਹ ਗੱਲਾਂ ਤੋਂ ਨਹੀਂ ਆ ਬਥੇਰਾ ਖਾਲੀਆਂ ਜੁੱਤੀਆਂ ਬਾਦਲਾਂ ਨੇ ਕਾਂਗਰਸੀਆਂ ਨੇ ਸਾਰਿਆਂ ਨੂੰ ਅਸੀਂ ਤਾਂ ਪਾ ਪੂ ਕੇ ਦੇਖ ਲਈਆਂ ਇਹ ਤੁਸੀਂ ਕਿਹੜੇ ਜਥੇਬੰਦੀ ਨਾਲ ਜੁੜੇ ਪਹਿਲਾਂ ਨਾਮ ਵੀ ਲੈ ਰਹੇ ਸੀ ਉਹ ਵੀ ਦੱਸ ਦਿਓ ਅਸੀਂ ਯੂਥ ਜਿਹੜਾ ਯੂਥ ਬਰਿੰਗ ਦਾ ਬਣਾਇਆ ਵਾ ਕਮੇਟੀ ਬਣਾਈ 13 ਮੈਂਬਰੀ ਮੈਂ ਉਹਦਾ ਨੌਜਵਾਨ ਸਭਾ ਦਾ ਮੈਂਬਰ ਹਾਂ ਹਾਂਜੀ ਭਾਨਵਿਆਰਾ ਤੋਂ ਜੀ ਹਾਂਜੀ 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 ਯੂਥ ਦਾ ਜਾਣੀ ਮੈਂਬਰ ਬਣਿਆ ਵਾ ਤਾਂ ਕਰਕੇ ਯੂਥ ਸਾਰਾ ਮੇਰੇ ਨਾਲ ਵੀ ਚੱਲਿਆ ਆ ਕਹਿੰਦੇ ਜਾਣਾ ਪੈਣਾ ਜੀ ਮਾਣ ਹੈ ਤੁਹਾਡੇ ਸਾਰੇ ਸਾਨੂੰ ਰੀਪ੍ਰੈਜੈਂਟ ਕਰਦੇ ਹੋ ਜੀ ਤੁਸੀਂ ਬਿਲਕੁਲ ਪਰ ਤੁਸੀਂ ਕਹਿ ਰਹੇ ਸੀ ਵਾਪਸ ਆਵਾਂਗੇ ਵੀ ਨਹੀਂ ਉਹ ਤਾਂ ਉਹ ਵੀ ਪੂਰਾ ਵੇਰਵਾ ਦੇ ਦਿਓ ਤੁਹਾਡੀ ਗੱਲ ਵਿੱਚੇ ਰਹਿ ਗਈ ਸੀ ਨਹੀਂ ਮੈਂ ਕਿਹਾ ਜਿੱਦਾਂ ਵੱਡਾ ਭਾਈ ਕਹਿੰਦਾ ਸੀਗਾ ਵੀ ਜੇ ਸਾਨੂੰ ਕੱਲ ਨੂੰ ਜਾਂਦਿਆਂ ਨੂੰ ਗੌਰਮੈਂਟ ਕਹੇ ਵੀ ਤੁਸੀਂ ਇੱਥੇ ਬਹਿ ਲਓ ਠੀਕ ਆ ਅਸੀਂ ਰਾਸ਼ਨ ਤਾਂ ਲੈ ਕੇ ਚੱਲੇ ਹਾਂ ਜਾਂ ਉਹਨਾਂ ਦੇ ਮਨ 'ਚ ਕੁਛ ਆਊਗਾ ਵੀ ਇੱਥੋਂ ਇਹਨਾਂ ਕੋਲ ਕੁਛ ਹੈ ਨਹੀਂ ਜਾਂ ਮੁੜ ਜਾਊਗੇ ਪਰ ਅਸੀਂ ਇਹ ਦੱਸ ਦਾਂਗੇ ਕੋਈ ਚੱਕਰ ਜਿੱਥੇ ਸਾਨੂੰ ਬਿਠਾਉਣਾ ਬਿਠਾ ਦੇਣਾ ਅਸੀਂ ਹਿੱਲਣਾ ਨਹੀਂ ਹੈਗਾ ਜੋਸ਼ ਨਾਲ ਹੋਸ਼ ਵੀ ਆ ਪੂਰਾ ਪੂਰਾ ਜੋਸ਼ ਆ ਹਾਂ ਭਾਈ ਇਦਾਂ ਹੁੱਲੜਬਾਜ਼ੀ ਨਹੀਂ ਕਰਨੀ ਕਿਸੇ ਨੇ ਬਸ ਠੀਕ ਆ ਪਿਆਰ ਨਾਲ ਸਾਡੇ ਸਿਆਣੇ ਪਿੱਛੋਂ ਕਹਿ ਰਹੇ ਨੇ ਜਦੋਂ ਆਏ ਵੀ ਸਿਆਣੇ ਸਾਡੇ ਇੱਕ ਇੱਕ ਹਫ਼ਤਾ ਲਾ ਕੇ ਆਏ ਆ ਉਹ ਕਹਿੰਦੇ ਭਾਈ ਜਾਓ ਠੀਕ ਆ ਬੜੇ ਪਿਆਰ ਭਾਵਨਾ ਨਾਲ ਜਾਣਾ ਕਿਸੇ ਦਾ ਕੋਈ ਨਹੀਂ ਜਿੱਦਾਂ ਕਹਿੰਦੇ ਆ ਬਾਕੀ ਵੱਡੇ ਪੂਰੇ ਸੰਜਮ ਨਾਲ ਜਾਣਾ ਬਾਕੀ ਸਾਰਿਆਂ ਨੂੰ ਦੱਸੇ ਕੋਈ ਵੱਡਾ ਹੈ ਕੋਈ ਛੋਟਾ ਸਰ ਜਿੱਦਾਂ ਤੁਸੀਂ ਇੱਕ ਦੂਜੇ ਮੰਨਣੀ ਆ ਇੱਦਾਂ ਨਹੀਂ ਹੈਗਾ ਵੀ ਉਹ ਤੂੰ ਇੱਦਾਂ ਕਰਨੀ ਆ ਮੈਂ ਇੱਦਾਂ ਕਰਨੀ ਇੱਕ ਬੰਦਾ ਸਾਡਾ ਕਹੂਗਾ ਅਸੀਂ ਉਦੇ ਕਰਾਂਗੇ ਅੱਛਾ ਮੈਂ ਇਹਨਾਂ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਮੈਂ ਇੱਕ ਹੁਣੀ ਵੀਡੀਓ ਦੇਖੀ ਸੀਗੀ ਉਹਦੇ ਵਿੱਚ ਨਾ ਜੱਥਿਆਂ ਦੇ ਨਾਲ ਕੋਈ ਨਾ ਕੋਈ ਬੰਦਾ ਆਪਣਾ ਹਲੀਮੀ ਜਿਹਾ ਚਿਹਰਾ ਲੈ ਕੇ ਆਪਣੀ ਗਰੀਬੀ ਦਿਖਾ ਕੇ ਜਾਣ ਬੁੱਝ ਕੇ ਜੁੜ ਜਾਂਦਾ ਫਿਰ ਮੋਬਾਈਲ ਚੋਰੀ ਹੋ ਜਾਂਦੇ ਨੇ ਜਾਂ ਹੋ ਸਕਦਾ ਏਜੰਸੀਆਂ ਦੇ ਬੰਦੇ ਹੋ ਜਾਂਦੇ ਨੇ ਅਗਰ ਤੁਹਾਡੇ ਵਿੱਚ ਇਦਾਂ ਕੋਈ ਰਲਦਾ ਫਿਰ ਉਹਨੂੰ ਕਿਵੇਂ ਦੇਖੋਗੇ ਨਹੀਂ ਅਸੀਂ ਭਾਜੀ ਸਾਰੇ ਅਸੀਂ ਇੱਥੇ ਪਹਿਲਾਂ ਵੀ ਗੱਲ ਕੀਤੀ ਸੀ ਵੀ ਬੰਦੇ ਅਸੀਂ ਉਨੇ ਹੀ ਆਪਾਂ ਰਹਿਣਾ ਹੀ ਆ ਅਸੀਂ ਵਾਧੂ ਰਾਸ਼ਨ
ਪਿੱਛੇ ਨਹੀਂ ਕਰਨਾ ਰੈਲੀ ਦੇ ਵਿੱਚ ਜੇ ਆਪਾਂ ਦੱਸ ਦਿਆ ਪਹਿਲਾਂ ਸਾਡੇ ਬੰਦੇ ਹੁਣ ਸਾਨੂੰ ਸਾਰੇ ਕਹਿੰਦੇ ਸੀ ਅਸੀਂ ਚੱਲਦੇ ਬੰਦੇ ਬਹੁਤ ਸਾਰੇ ਕਹਿਣ ਤਿਆਰ ਤੁਹਾਡੇ ਪਿੰਡਾਂ ਵਾਲੇ ਤਾਂ ਤੁਹਾਡੇ ਵਾਕਫ ਹੋਣਗੇ ਪਰ ਜੇ ਉੱਥੇ ਨਵਾਂ ਕੋਈ ਬੰਦਾ ਟੱਕਰ ਗਿਆ 68% ਬੰਦਾ ਆਪਾਂ ਉਹੀ ਕਹਿੰਦੇ ਆ ਪਰ ਆਪਾਂ ਉਹਨਾਂ ਉਸੇ ਰੱਖਾਂਗੇ ਪਰ ਇਦਾਂ ਨਹੀਂ ਹੈਗਾ ਅਗਲੇ ਪਹਿਲਾਂ ਲਾਲਾ ਛੱਡ ਦੇ ਕੋਈ ਸ਼ਾਇਦ ਉੱਥੋਂ ਦਾ ਉਤਸ਼ਾਹ ਹੋ ਸਕਦਾ ਹਾਂ ਨਿਗਾਰੀ ਨਿਗਾਹ ਰੱਖਾਂਗੇ ਸ਼ਾਇਦ ਉਹਦੇ ਮਨ ਚ ਕੀ ਆ ਉਹ ਸਾਨੂੰ ਆਪ ਦੇਖਣਾ ਪਊਗਾ ਹਨਾ ਅਗਲਾ ਐਵੇਂ ਵੀ ਪੂਰੀ ਪੈਰਵਾਈ ਕਰਾਂਗੇ ਕੋਈ ਚੱਕਰ ਨਹੀਂ ਇਦਾਂ ਨਹੀਂ ਹੈਗਾ ਅਸੀਂ ਸਾਰੇ ਬੰਦੇ ਜੇ ਮੰਨ ਲਾ ਕੋਈ ਰੈਸਟ ਦੇ ਸੌ ਜੂਗਾ ਤਾਂ ਆਪਾਂ 3-4 ਬੰਦੇ ਜਾਗਾਂਗੇ ਤੇ ਉਹ ਦਿਨੇ ਸੌਂਗੇ ਆਪਾਂ ਫਿਲਹਾਲ ਤਾਂ 6-7 ਦਿਨ ਦਾ ਪਲਾਨ ਹੈਗਾ ਹੀ ਆ ਬਾਕੀ ਉੱਥੇ ਆਪਣੇ ਵੱਡਿਆਂ ਨੂੰ ਪੁੱਛਾਂਗੇ ਜੇ ਉਹ ਕਹੋਗੇ ਫਿਰ ਤੁਸੀਂ ਹੋਰ ਠਹਿਰੋ ਆਪਾਂ ਹੋਰ ਠਹਿਰਾਂਗੇ ਕੋਈ ਚੱਕਰ ਨਹੀਂ ਹੈਗਾ ਚਲੋ ਸ਼ੁਕਰੀਆ ਜੀ ਤੁਸੀਂ ਜਿਹੜੀ ਕਾਰਵਾਈ ਕਰਨਾ ਚਾਹੁੰਦੇ ਹੋ ਕਰ ਲਓ ਜੀ ਤੁਹਾਡਾ ਭਾਈ ਧੰਨਵਾਦ ਤੁਸੀਂ ਅੱਧੇ ਬੋਲਤੇ ਸਾਡੇ ਇੱਥੇ ਸਾਡੀ ਸਹਾਇਤਾ ਕਰਨ ਆਏ ਆ ਪੂਰੀ ਦੁਨੀਆ ਨੂੰ ਦਿਖਾ ਲੈਣਾ ਹੈ ਭਾਜੀ ਤੁਹਾਡੀ ਵੀਡੀਓ ਵੀ ਦੇਖਦੇ ਹਾਂ ਰੋਜ਼ ਫੋਨ ਤੇ ਵੀ ਆ ਲਾਈਕ ਕੀਤੇ ਵਾ ਤੇ ਮੁੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਡੇ ਅੱਧੇ ਬੋਲਤੇ ਤੁਸੀਂ ਸਾਡੇ ਇੱਥੇ ਪਹੁੰਚੇ ਆ ਸਾਨੂੰ ਤੁਸੀਂ ਸਾਡੇ ਵੱਡੇ ਛੋਟੇ ਭਰਾ ਤੁਹਾਡੇ ਸਾਰਿਆਂ ਤੇ ਮਾਣ ਹੈ ਜੀ ਜੀ ਆਪਾਂ ਜਿਹੜੀ ਆਡੀਅੰਸ ਉਹਨਾਂ ਨੂੰ ਕਲੀਅਰ ਕਰ ਦਈਏ ਕਿ ਇਹ ਸਾਡੇ ਵੀਰ ਚੱਲੇ ਨੇ ਇਹ ਲੰਗੜੋਏ ਔਰ ਭਾਨ ਮਿਆਰੇ ਤੋਂ ਚੱਕ ਹਾਜੀਪੁਰ ਤੋਂ ਵੀ ਚੱਲੇ ਨੇ ਇਹ ਜਿਹੜਾ ਆਪਣਾ ਸਮਰਥਨ ਦੇਣ ਚੱਲੇ ਨੇ ਆਪਣਾ ਜੋਸ਼ ਦਿਖਾਉਣ ਚੱਲੇ ਨੇ ਪਰ ਇੱਥੇ ਮੈਂ ਇੱਕ ਚੀਜ਼ ਹੋਰ ਸਾਂਝੀ ਕਰਨਾ ਚਾਹੁੰਦਾ ਇਹਨਾਂ ਵੀਰਾਂ ਨੇ ਵੀ ਸਾਡੇ ਨਾਲ ਪਹਿਲਾਂ ਸਾਂਝੀ ਕੀਤੀ ਸੀ ਉਹ ਇਹ ਆ ਕਿ ਬੀਬੀ ਬੱਤੀ ਨਵਾਂ ਸ਼ਹਿਰ ਚੈਨਲ ਨਾਲ ਬਹੁਤ ਸਾਡੇ ਵੀਰ ਭੈਣ ਭਰਾ ਰਾਬਤਾ ਸਾਧਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਨੰਬਰ ਅਵੇਲੇਬਲ ਨਹੀਂ ਹੁੰਦਾ ਉਹਨਾਂ ਨੂੰ ਨੰਬਰ ਫਿਜ਼ੀਬਲ ਨਹੀਂ ਹੁੰਦਾ ਮੈਂ ਇਹੀ ਕਹਿਣਾ ਚਾਹੁੰਦਾ ਸ਼ਾਇਦ ਤੁਹਾਨੂੰ ਕਿਸੇ ਮੀਡੀਆ ਪਰਸਨ ਤੋਂ ਜਾਂ ਕਿਸੇ ਹੋਰ ਤੋਂ ਤੁਹਾਡਾ ਸਾਡਾ ਨੰਬਰ ਨਹੀਂ ਮਿਲਣਾ ਤੁਸੀਂ ਸਾਡੇ ਜਿਹੜਾ ਚੈਨਲ ਉਹਦੇ ਫਰੰਟ 'ਤੇ ਆ ਕੇ ਜਿਹੜਾ ਫਰੰਟ 'ਤੇ ਫੋਟੋ ਲੱਗੀ ਉੱਥੋਂ ਤੁਸੀਂ ਨੰਬਰ ਵਿਜੇ ਕੁਮਾਰ ਦਾ ਲੈ ਸਕਦੇ ਆ ਉਹ ਸਾਡੀ PR ਟੀਮ ਤੋਂ ਮੈਨੇਜਰ ਨੇ ਤੁਹਾਡੇ ਨਾਲ ਰਾਬਤਾ ਸਾਧ ਲਿਆ ਕਰਨਗੇ ਕਿਉਂਕਿ ਇਹ ਇਹਨਾਂ ਦੀ ਕੰਪਲੇਂਟ ਨਹੀਂ ਸਾਨੂੰ ਹੋਰ ਵੀ 5-7 ਬੰਦਿਆਂ ਨੇ ਦੱਸਿਆ ਕਿ ਤੁਹਾਡਾ ਨੰਬਰ ਕਦੀ ਵੀ ਅਵੇਲੇਬਲ ਨਹੀਂ ਹੁੰਦਾ ਕਿਸੇ ਥਰੂ ਨਹੀਂ ਮਿਲਦਾ ਤਾਂ ਅਸੀਂ ਚਾਹੁੰਦੇ ਅਗਰ ਤੁਸੀਂ ਸਾਡੇ ਨਾਲ ਸਿੱਧਾ ਰਾਬਤਾ ਬਣਾਓ ਕਿਉਂਕਿ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਡੇ ਪਰਿਵਾਰ ਤੁਸੀਂ ਸਾਡਾ ਪਰਿਵਾਰ ਹੋ ਤੁਹਾਡਾ ਸਤਿਕਾਰ ਹੈ ਮੈਂ ਤੁਹਾਡਾ ਪਰਿਵਾਰਕ ਮੈਂਬਰ ਹੈ ਸਾਡੀ ਟੀਮ ਤੁਹਾਡਾ ਪਰਿਵਾਰ ਹੈ ਤੁਸੀਂ ਬੇਝਿਜਕ ਬਿਨਾਂ ਕਿਸੇ ਹੈਜੀਟੇਸ਼ਨ ਕਾਲ ਕਰ ਸਕਦੇ ਹੋ ਆਪਣਾ ਰਾਬਤਾ ਸਾਡੇ ਨਾਲ ਸਾਧ ਸਕਦੇ ਹੋ ਅਸੀਂ ਹਮੇਸ਼ਾ ਅੱਧੇ ਬੋਲ ਤੇ ਤੁਹਾਡੇ ਚਰਨਾਂ 'ਚ ਹਾਜ਼ਰ ਹਾਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਇਹ ਵੀਰ ਚੱਲੇ ਨੇ ਇਹਨਾਂ 'ਤੇ ਮਾਣ ਹੈ ਔਰ ਇੱਥੇ ਮੈਂ ਇੱਕ ਚੀਜ਼ ਹੋਰ ਦੱਸਦਾ ਪਿੰਡ ਬਹਿਰਮਪੁਰ ਵੱਲੋਂ ਜਿਹੜੀ ਇਹ ਚਾਹ ਦੀ ਸੇਵਾ ਚੱਲ ਰਹੀ ਹੈ ਔਰ ਸਾਨੂੰ ਆਪਣੇ ਪਿੰਡ 'ਤੇ ਵੀ ਮਾਣ ਹੈ ਔਰ ਇੱਕ ਚੀਜ਼ ਫਿਰ ਤੋਂ ਮੈਂ ਇਹ ਕਹਿਣਾ ਚਾਹੁੰਦਾ ਬੇਝਿਜਕ ਤੁਸੀਂ ਜਿਹੜਾ ਰਾਬਤਾ ਬਣਾਇਆ ਕਰੋ ਜਿਵੇਂ ਇਹਨਾਂ ਦੇ ਖਦਸ਼ੇ ਨੇ ਐਵੇਂ ਹੋਰਾਂ ਦੇ ਵੀ ਕਈਆਂ ਦੇ ਖਦਸ਼ੇ ਸਾਡੇ ਤੱਕ ਪਹੁੰਚੇ ਨੇ ਸ਼ੰਕੇ ਸਾਡੇ ਤੱਕ ਪਹੁੰਚੇ ਨੇ ਹੁਣ ਤੁਸੀਂ ਆਪਣੇ ਛੋਟੇ ਵੀਰ ਦਿਨੇਸ਼ਵਰੀ ਨੂੰ ਇਜਾਜ਼ਤ ਦਿਓ ਮੈਂ ਇੱਕ ਵਿਊ ਦਿਖਾਉਣਾ ਚਾਹੁੰਦਾ ਕੈਮਰਾਮੈਨ ਜੀ ਮੁੰਡੇ ਚੱਲੇ ਆ ਆਪਾਂ ਇੱਕ ਵਿਊ ਦਿਖਾ ਦਈਏ ਇੱਥੇ ਮੀਟਿੰਗ ਵੀ ਹੋ ਕੇ ਹਟੀ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਇਹ ਵੀਰ ਚੱਲੇ ਨੇ ਔਰ ਇਹਨਾਂ ਦਾ ਸਤਿਕਾਰ ਬਣਦਾ ਹੈ ਆਪਣਾ ਯੋਗਦਾਨ ਪਾਉਣ ਚੱਲੇ ਨੇ ਕਿਉਂਕਿ ਇਤਿਹਾਸ ਤਾਂ ਸਿਰਜ ਦਿੱਤਾ ਹੈ ਪਰ ਇਤਿਹਾਸ ਵਿੱਚ ਆਪਣਾ ਨਾਮ ਵੀ ਲਿਖਾਉਣ ਚੱਲੇ ਨੇ ਇਤਿਹਾਸ ਦੇ ਨਾਲ ਮੈਨੂੰ ਚੇਤਾ ਆ ਸ਼ਾਮੀ 6 ਵਜੇ ਆਪਾਂ ਵੀ ਇੱਕ ਗਾਣਾ ਨਸ਼ਰ ਕਰਾਂਗੇ ਜਿਹੜਾ ਨੌਜਵਾਨਾਂ 'ਤੇ ਲਿਖਿਆ ਆ ਔਰ ਇਤਿਹਾਸ 'ਤੇ ਲਿਖਿਆ ਜਿਹੜਾ ਤੁਹਾਨੂੰ ਦੱਸਾਂਗੇ ਕਿ ਜਿਹੜੇ ਲੋਕ ਨੌਜਵਾਨਾਂ ਨੂੰ ਨਸ਼ੇੜੀ ਕਹਿੰਦੇ ਸੀਗੇ ਉਹਨਾਂ ਨੌਜਵਾਨਾਂ ਦੇ ਇਤਿਹਾਸ ਰੱਜ ਦਿੱਤਾ ਉਹ ਗੀਤ 6 ਵਜੇ ਤੁਹਾਡੀ ਕਚਹਿਰੀ 'ਚ ਪੇਸ਼ ਕਰਾਂਗੇ ਤੁਸੀਂ ਉਹਨੂੰ ਪਿਆਰ ਕਰਨਾ ਸ਼ੇਅਰ ਕਰਨਾ ਇਸ ਵੀਡੀਓ ਨੂੰ ਵੀ ਸ਼ੇਅਰ ਕਰ ਦੇਣਾ ਤਾਂ ਵੀਰ ਚੱਲੇ ਨੇ ਔਰ ਇਸ ਵੀਡੀਓ ਨੂੰ ਇੱਥੇ ਰੈਪਅਪ ਕਰਦੇ ਆਪਣੇ ਛੋਟੇ ਵੀਰ ਦਿਨੇਸ਼ਵਰੀ ਕੈਮਰਾ ਪਰਸਨ ਵਿਜੇ ਕੁਮਾਰ ਔਰ ਸਾਡੇ ਇਹਨਾਂ ਸਾਰਿਆਂ ਵੀਰਾਂ ਨੂੰ ਵੀਰਾਂ ਦਿਓ ਇਜਾਜ਼ਤ ਆਪਾਂ ਇਹਨਾਂ ਨਾਲ ਸੰਪਰਕ ਸਾਧ ਦੇ ਰਾਂਗੇ PB 32 ਨਵਾਂ ਸ਼ਹਿਰ PB 32 ਵਾਲੇ ਤੁਸੀਂ ਪੜ੍ਹ ਲਓ ਔਰ ਆਪਣਾ ਪਿਆਰ ਦਿੰਦੇ ਰਹੀਓ ਸਤਿ ਸ਼੍ਰੀ ਅਕਾਲ